ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਆਖਦੀ ਆ ਵੀ ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਵੀ ਹਰੇਕ ਮਨੁੱਖ ਦੇ ਅੰਦਰ ਅਨਹਦ ਨਾਦ ਹੈ, ਠੀਕ ਹੈ ਨਾ। ਮਨੁੱਖ ਦੁਨੀਆਂ 'ਤੇ ਕਿਵੇਂ ਵਿਚਰਦਾ ਹੈ, ਕਿਵੇਂ ਰਹਿੰਦਾ ਹੈ, ਉਹਦੀ ਰਹਿਣੀ ਬਹਿਣੀ ਤੋਂ ਪਤਾ ਲੱਗ ਜਾਂਦਾ ਹੈ ਉਹਦੇ ਅੰਦਰ ਕੀ ਚੱਲ ਰਿਹਾ। ਜੇ ਬੰਦਾ ਕ੍ਰੋਧੀ ਹੈ, ਉਹਨੂੰ ਕ੍ਰੋਧ ਜ਼ਿਆਦਾ ਆਉਂਦਾ, ਗੁੱਸਾ ਜ਼ਿਆਦਾ ਆਉਂਦਾ ਹੈ, ਉਹ ਜ਼ਬਾਨ ਰਾਹੀਂ ਕੱਢ ਦੇਗਾ, ਉੱਥੋਂ ਪਤਾ ਚੱਲ ਜਾਂਦਾ ਵੀ ਉਹਦੇ ਅੰਦਰ ਕ੍ਰੋਧ ਚੱਲ ਰਿਹਾ, ਗੁੱਸਾ ਚੱਲ ਰਿਹਾ ਹਰੇਕ ਦੇ ਪ੍ਰਤੀ। ਜੇ ਬੰਦਾ ਲੋਭੀ ਹੈ, ਉਹਦਾ ਵੀ ਪਤਾ ਚੱਲ ਜਾਂਦਾ, ਉਹਦੀ ਜ਼ਬਾਨ ਤੋਂ ਪਤਾ ਲੱਗ ਜਾਂਦਾ, ਉਹ ਲੋਭ ਦੀਆਂ ਗੱਲਾਂ ਕਰੇਗਾ, ਕਿਸੇ ਨੂੰ ਲੁੱਟਣ ਦੀਆਂ ਗੱਲਾਂ ਕਰੇਗਾ। ਅਤੇ ਜੇ ਕੋਈ ਬੰਦਾ ਮਜ਼ਾਕੀ ਹੈ, ਕਿਸੇ ਨੂੰ ਮਜ਼ਾਕ ਕਰਦਾ, ਉਹ ਵੀ ਫਿਰ ਉਹੋ ਜਿਹਾ ਮਜ਼ਾਕ ਦੀਆਂ ਗੱਲਾਂ ਕਰੇਗਾ, ਕਿਉਂਕਿ ਉਹਦੇ ਅੰਦਰ ਉਹ ਚੀਜ਼ ਬੈਠੀ ਹੈ। ਜੇ ਕੋਈ ਬੰਦਾ ਸੰਗੀਤ ਸੁਣਦਾ, ਉਹਦੇ ਜ਼ਬਾਨ ਵਿੱਚੋਂ ਸੰਗੀਤ ਨਿਕਲੇਗਾ। ਵੇਖਿਆ ਨੇ ਨਾ ਕਈ ਬੱਚੇ ਉੱਚੀ ਉੱਚੀ ਸੰਗੀਤ ਗਾਉਂਦੇ। ਅਤੇ ਜੇ ਕੋਈ ਬਾਣੀ ਪੜ੍ਹਨ ਵਾਲਾ ਹੈ ਅਤੇ ਉਹਦੀ ਜ਼ਬਾਨ ਵਿੱਚੋਂ ਬਾਣੀ ਹੀ ਨਿਕਲੇਗੀ, ਗੀਤ ਨਹੀਂ ਨਿਕਲਦਾ, ਠੀਕ ਹੈ ਜੀ। ਇਸੇ ਤਰ੍ਹਾਂ ਨਾ ਜਿਸ ਵੇਲੇ ਸ਼ਿਵ ਜੀ ਦੇ ਅੰਦਰ ਡੰਬਰੂ ਵੱਜਦਾ ਸੀ ਅਤੇ ਉਹਨਾਂ ਨੇ ਦੁਨੀਆਂ ਵਿੱਚ ਬਿਆਨ ਕਰ ਦਿੱਤਾ ਸੀ ਬਣਾ ਕੇ, ਉਹ ਦੁਨੀਆਂ ਨੂੰ ਕਹਿਣਗੇ ਮੇਰੇ ਅੰਦਰ ਆਹ ਧੁੰਨ ਵੱਜਦੀ ਹੈ, ਅਤੇ ਉਹਨਾਂ ਨੇ ਡੰਬਰੂ ਖੜਕਾ ਕੇ ਦੱਸ ਦਿੱਤਾ, ਕਹਿੰਦੇ ਸਾਡੇ ਅੰਦਰ ਆਹ ਚੀਜ਼ ਚੱਲਦੀ ਹੈ, ਖੜਕਾ ਕੇ ਦੱਸ ਦਿੱਤਾ। ਇਸੇ ਤਰ੍ਹਾਂ ਕ੍ਰਿਸ਼ਨ ਨੂੰ ਜਿਸ ਵੇਲੇ ਲੋਕਾਂ ਨੇ ਪੁੱਛਿਆ ਵੀ ਤੁਹਾਡੇ ਅੰਦਰ ਕੀ ਚੱਲਦਾ ਹੈ, ਉਹਨਾਂ ਨੇ ਆਖਿਆ ਵੀ ਜੇ ਜ਼ਬਾਨ ਰਾਹੀਂ ਦੱਸਾਂਗਾ ਤਾਂ ਦੁਨੀਆਂ ਨੂੰ ਸਮਝ ਨਹੀਂ ਆਉਣੀ। ਉਹਨਾਂ ਨੇ ਬਾਂਸ ਚੱਕਿਆ, ਵਿੱਚੋਂ ਬਾਂਸਰੀ ਬਣਾਈ ਅਤੇ ਉਹਨਾਂ ਨੇ ਧੁੰਨ ਵਜਾ ਕੇ ਦੱਸ ਦਿੱਤੀ ਦੁਨੀਆਂ ਨੂੰ ਵੀ ਮੇਰੇ ਅੰਦਰ ਆਹ ਧੁੰਨ ਚੱਲ ਰਹੀ ਹੈ, ਆਹ ਮੇਰੇ ਅੰਦਰ ਚੱਲ ਰਿਹਾ। ਇਸੇ ਤਰ੍ਹਾਂ ਭਾਈ ਮਰਦਾਨੇ ਨੂੰ ਜਿਸ ਵੇਲੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਖਿਆ ਨਾ ਵੀ ਬੜੀ ਮਿੱਠੀ ਰਬਾਬ ਵਜਾਉਂਦੇ ਨੇ, ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਵੀ ਆਹੀ ਚੀਜ਼ ਤਾਂ ਮੇਰੇ ਅੰਦਰ ਚੱਲ ਰਹੀ ਹੈ, ਰਬਾਬ ਅੰਦਰ ਸੰਗੀਤ ਉਸ ਪਰਮਾਤਮਾ ਪ੍ਰਤੀ, ਆਹ ਚੀਜ਼ ਮੇਰੇ ਅੰਦਰ ਚੱਲ ਰਹੀ ਹੈ। ਅਤੇ ਰਿਹਾ ਨਹੀਂ ਗਿਆ, ਭਾਈ ਮਰਦਾਨੇ ਨੂੰ ਕਹਿ ਦਿੱਤਾ ਤੁਸੀਂ ਮੇਰੇ ਨਾਲ ਚੱਲੋ, ਵੀ ਆਪਾਂ ਪਰਮਾਤਮਾ ਦੇ ਪ੍ਰਤੀ ਆਹ ਚੀਜ਼ ਵਜਾਉਂਦੇ ਹਾਂ, ਮੇਰੇ ਅੰਦਰ ਆਹ ਚੀਜ਼ ਚੱਲ ਰਹੀ ਹੈ। ਅਤੇ ਉਹੀ ਚੀਜ਼ ਦੁਨੀਆਂ ਵਿੱਚ ਬਿਆਨ ਕਰ ਦਿੱਤੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਕਿਵੇਂ ਆਖਿਆ ਵੀ ਜਿਵੇਂ ਤੁਸੀਂ ਆਹ ਚੀਜ਼ ਵਜਾ ਰਹੇ ਹੋ ਨਾ ਰਬਾਬ, ਭਾਈ ਮਰਦਾਨਾ ਜੀ ਨੂੰ ਆਖਿਆ, ਕਹਿੰਦੇ ਸਾਡੇ ਅੰਦਰ ਵੀ ਬਾਣੀ ਆਈ ਹੈ, ਮਰਦਾਨੇ ਰਬਾਬ ਛੇੜ ਬਾਣੀ ਆਈ ਹੈ। ਅਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਣੀ ਬਿਆਨ ਕੀਤੀ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਤਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਜੇ ਸੋ ਚੰਦਾ ਉਗਵ ਹੈ ਸੂਰਜ ਚੜ੍ਹੈ ਹਜ਼ਾਰ। ਵੀ ਮਰਦਾਨੇ ਰਬਾਬ ਵਜਾ ਅਤੇ ਨਾਲ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਅਤੇ ਦੁਨੀਆਂ ਨੂੰ ਦੱਸ ਦਿੱਤਾ ਵੀ ਮੇਰੇ ਅੰਦਰ ਆਹ ਧੁੰਨ ਰਬਾਬ ਦੀ ਵੱਜ ਰਹੀ ਹੈ, ਅਤੇ ਗੁਰਬਾਣੀ ਮੇਰੇ ਅੰਦਰ ਚੱਲ ਰਹੀ ਹੈ, ਸ਼ਬਦ ਮੇਰੇ ਅੰਦਰ ਚੱਲ ਰਿਹਾ ਵਾ, ਸ਼ਬਦ ਮੇਰੇ ਅੰਦਰ ਪ੍ਰਗਟ ਹੋਇਆ ਵਾ। ਇਸੇ ਤਰ੍ਹਾਂ ਆਪਾਂ ਵੀ ਆਪਣੇ ਅੰਦਰ ਝਾਤ ਮਾਰਦੇ ਹਾਂ ਵੀ ਸਾਡੇ ਅੰਦਰ ਕਿਤੇ ਕ੍ਰੋਧ ਤਾਂ ਨਹੀਂ। ਜਿਹੜਾ ਬੰਦਾ ਗਿਆਨੀ ਹੈ ਨਾ, ਜਿਹਨੂੰ ਇਸ ਚੀਜ਼ ਦਾ ਗਿਆਨ ਹੈ, ਉਹ ਜਦੇ ਤੁਹਾਨੂੰ ਫੜ ਲਏਗਾ ਵੀ ਤੁਹਾਡੇ ਅੰਦਰ ਕਿਹੜੀ ਚੀਜ਼ ਚੱਲ ਰਹੀ ਹੈ। ਹਰੇਕ ਨਾਲ ਲੜਾਈ ਕਰੀ ਜਾਓਗੇ ਅਤੇ ਉਹ ਪਤਾ ਚੱਲ ਜਾਣਾ ਹੈ, ਹਰੇਕ ਨਾਲ ਜੇ ਤੁਸੀਂ ਲੜੋਗੇ ਨਾ ਉਹ ਪਤਾ ਚੱਲ ਜਾਣਾ ਹੈ
ਵੀ ਤੁਸੀਂ ਅੰਦਰੋਂ ਕ੍ਰੋਧੀ ਹੋ। ਜੇ ਕਿਸੇ ਨੂੰ ਲੁੱਟਣ ਦੀਆਂ ਗੱਲਾਂ ਕਰੋਗੇ ਉਹਨੂੰ, ਜੇ ਉਹ ਅਗਾਹਾਂ ਬੰਦਾ ਚੰਗਾ ਨਾ ਅੰਦਰੋਂ ਤੁਹਾਨੂੰ ਪਰਖਣ ਵਾਲਾ ਖੋਜਣ ਵਾਲਾ, ਤੇ ਉਹ ਬੰਦਾ ਫਿਰ ਦੱਸ ਦੇਗਾ ਤੁਸੀਂ ਲੋਭੀ ਹੋ। ਇਹੋ ਜਿਹੇ ਮਹਾਂਪੁਰਸ਼ ਹੋਏ ਨੇ ਇਸ ਦੁਨੀਆਂ 'ਤੇ ਜਿਹੜੇ ਦੁਨੀਆਂ ਨੂੰ ਪੜ੍ਹ ਕੇ ਦੱਸ ਦਿੰਦੇ ਸੀ। ਇਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਹਾਂਜੀ, ਜਿਸ ਵੇਲੇ ਉਹ ਬੰਦਾ ਆਇਆ ਸੀ 1 ਲੱਖ ਰੁਪਇਆ ਲੈ ਕੇ, ਅਤੇ ਕਹਿਣ ਲੱਗਾ ਮਹਾਂਪੁਰਸ਼ ਉਹ 1 ਲੱਖ ਰੁਪਇਆ ਲੈ ਕੇ ਆਇਆ, ਉਸ ਸਮੇਂ ਦਾ ਬਹੁਤ ਜ਼ਿਆਦਾ ਹੁੰਦਾ ਸੀ। ਮਹਾਂਪੁਰਸ਼ਾਂ ਨੇ ਕਹਿੰਦੇ ਆਮ ਸੰਗਤ ਦੇ ਨਾਲ ਕਹਿੰਦੇ ਗੱਲਾਂ ਕਰੀ ਗਏ, ਉਹਦੇ ਵੱਲ ਧਿਆਨ ਨਹੀਂ ਦਿੱਤਾ। ਫਿਰ ਕਹਿਣ ਲੱਗਾ ਮੈਂ 1 ਲੱਖ ਰੁਪਇਆ ਲੈ ਕੇ ਆਇਆ, ਬਹੁਤ ਜ਼ਿਆਦਾ ਹੁੰਦਾ, ਤੁਸੀਂ ਕਹਿੰਦਾ ਵੇਖਿਆ ਤੱਕ ਨਹੀਂ। 2 ਤੋਂ 3 ਵਾਰੀ ਜਿਸ ਵੇਲੇ ਇਹ ਗੱਲ ਕਹਿਣ ਤੋਂ ਬਾਅਦ ਕਹਿਣ ਲੱਗਾ ਮੇਰੇ ਵਰਗਾ ਕੋਈ ਦਾਨੀ ਨਹੀਂ ਲੱਭਣਾ ਤੁਹਾਨੂੰ, ਆਹੀ ਗੱਲ ਆਖੀ ਸੀ ਨਾ। ਜਿਸ ਵੇਲੇ ਆਹ ਗੱਲ ਆਖੀ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ 1 ਲੱਖ ਰੁਪਇਆ ਚੱਕ ਕੇ ਭਗਾ ਕੇ ਮਿਲਿਆ ਮਾਰਿਆ, ਕਹਿੰਦੇ ਜੇ ਤੇਰੇ ਵਰਗਾ ਕੋਈ ਦਾਨੀ ਨਹੀਂ ਨਾ, ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਵਰਗਾ ਕੋਈ ਤਿਆਗੀ ਵੀ ਨਹੀਂ, ਚੱਕ ਕੇ ਮਰਿਆ ਸੀ। ਅਤੇ ਉਸ ਵੇਲੇ ਸੰਗਤ ਵਿੱਚ ਇਹ ਗੱਲ ਕਹਿ ਦਿੱਤੀ ਵੀ ਅੱਜ ਤੋਂ ਲੱਗ ਕੇ ਸੰਗਤ ਦਾ ਕੋਈ ਵੀ ਬੰਦਾ ਮਾਇਆ ਲੈ ਕੇ ਨਾ ਆਵੇ ਨਾਨਕ ਸਾਹਿਬ। ਇਸੇ ਤਰ੍ਹਾਂ ਜਿਹੜੇ ਜਪਣ ਵਾਲੇ ਨੇ ਨਾ, ਉਹਨਾਂ ਨੂੰ ਆਪਣਾ ਪਤਾ ਲੱਗ ਜਾਂਦਾ ਵੀ ਆਪਾਂ ਕਿੱਥੇ ਕਿ ਖੜੇ ਹਾਂ, ਜਿੰਨਾ ਮਰਜ਼ੀ ਆਪਾਂ ਨੇੜੇ ਹੋ ਕਿ ਉਹਨਾਂ ਦੇ ਬੈਠੀ ਜਾਈਏ, ਉਹਨਾਂ ਨੂੰ ਪਤਾ ਚੱਲ ਜਾਣਾ ਆਪਣੇ ਅੰਦਰ ਕੀ ਚੱਲ ਰਿਹਾ। ਜ਼ੁਬਾਨ ਰਾਹੀਂ ਤੁਸੀਂ ਬੋਲੋਗੇ ਨਾ, ਉਹਨਾਂ ਨੂੰ ਪਤਾ ਚੱਲ ਜਾਣਾ। ਆਮ ਲੋਕਾਂ ਨੂੰ ਨਹੀਂ ਪਤਾ ਚੱਲਦਾ, ਬੰਦਾ ਆਮ ਲੋਕਾਂ ਵਿੱਚ ਬੰਦਾ ਚਿੱਤਰ ਬਣ ਜਾਂਦਾ, ਠੀਕ ਆ, ਅਤੇ ਜਿਹੜਾ ਜਪਣ ਵਾਲਾ ਉਹਦੇ ਅੱਗੇ ਨਹੀਂ ਬੰਦਾ ਚਿੱਤਰ ਬਣ ਸਕਦਾ, ਠੀਕ ਆ ਨਾ। ਇਹ ਆਪਣੇ ਸਾਰਿਆਂ ਦੇ ਮਾਨਾਂ ਵਿੱਚ ਆਪਣੇ ਅਣਹਦ ਧੁੰਨ ਚੱਲਦੀ ਹੈ, ਅਤੇ ਕਈ ਬੰਦੇ ਆਪਣੇ ਆਪ ਨੂੰ ਬਿਆਨ ਇਹੋ ਜਿਹਾ ਕਰ ਜਾਂਦੇ ਨੇ, ਦੁਨੀਆਂ ਵਿੱਚ ਵੀ ਉਹਦਾ ਪਤਾ ਚੱਲ ਜਾਂਦਾ ਵੀ ਉਹ ਬੰਦਾ ਕਿੱਥੇ ਖੜਾ, ਉਹਦਾ ਸਟੈਂਡ ਕੀ ਹੈ, ਕਿੱਥੋਂ ਪਤਾ ਚੱਲ ਜਾਂਦਾ। ਤਾਂ ਕਰਕੇ ਪਿਆਰਿਓ ਆਪਣੇ ਅੰਦਰ ਗੁਰਬਾਣੀ ਦੀ ਧੁੰਨ ਵੀ ਚੱਲਦੀ ਹੈ, ਸ਼ਬਦ ਵੀ ਆਪਣੇ ਅੰਦਰ ਹੈ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਅਨਹਦ ਬਾਣੀ ਹੈ ਨਾ ਜਿਹੜੀ, ਸ਼ਬਦ ਰਾਹੀਂ ਹੀ ਅੰਦਰੋਂ ਪ੍ਰਗਟ ਹੋਏਗੀ। ਅਤੇ ਉਸ ਪਰਮਾਤਮਾ ਨੂੰ ਜਪਣਾ ਸ਼ੁਰੂ ਕਰੋ, ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਨੱਠ ਜਾਣ, ਇਹ ਸਭ ਤੋਂ ਵੱਡਮੁੱਲੀ ਗੱਲ ਹੈ, ਅਤੇ ਆਪਣੇ ਦਿਮਾਗ ਵਿੱਚ ਸਦਾ ਵਾਸਤੇ ਬਿਠਾ ਲਓ, ਠੀਕ ਹੈ ਜੀ। ਫਤਿਹ ਬੁਲਾਓ ਸਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।